ਵੀਰੇ ਮਜ਼ਬੂਰ ਹੋ ਕੇ ਸਾਰੇ ਧਰਨਾ ਲਾਉਂਦੇ ਨੇ, ਅਸੀਂ ਵੀ ਮਜ਼ਬੂਰ ਸੀਗੇ ਅਤੇ ਇਹਨਾਂ ਨੇ 8 ਵਰਕਰਾਂ ਨੂੰ ਬਿਨਾਂ ਗੱਲੋਂ ਝੂਠੇ ਇਲਜ਼ਾਮ ਲਾ ਕੇ ਕੱਢਿਆ ਗਿਆ ਅਤੇ 8 ਵਰਕਰਾਂ ਦੇ ਉੱਤੇ ਇਹਨਾਂ ਨੇ ਝੂਠੇ ਪਰਚੇ ਕੇਸ ਲਾਏ ਹੋਏ ਨੇ, ਝੂਠੀਆਂ ਇੰਕੁਆਇਰੀਆਂ ਲਾਈ ਹੋਈਆਂ ਨੇ। ਇੱਕ ਚੋਰੀ ਦਾ ਮਸਲਾ ਆਇਆ ਸੀਗਾ, ਮਈ ਦੇ ਵਿੱਚ ਇਹਨਾਂ ਨੇ ਕੋਈ ਸਟ੍ਰਾਈਕ ਵਗੈਰਾ ਕੀਤੀ, ਰੋਸ ਪ੍ਰਦਰਸ਼ਨ ਕੀਤਾ ਸੀਗਾ ਅਤੇ ਤੁਹਾਨੂੰ ਪਹਿਲਾਂ ਵੀ ਸਿਕਿਉਰਿਟੀ ਵਾਲਿਆਂ ਨੇ ਦੱਸਿਆ ਵੀ ਸਿਕਿਉਰਿਟੀ ਗਾਰਡ ਨੇ ਫੜਿਆ ਸੀਗਾ ਉਹ ਬੰਦਾ, ਪਰ ਉਹ ਬੰਦੇ ਨੇ ਜਦੋਂ ਅੱਗੇ ਕੋਈ ਕਾਰਵਾਈ ਕਰਨ ਲਈ ਕਿਹਾ ਤਾਂ ਉਸਦੀ ਕਾਰਵਾਈ ਕਰਨ ਦੀ ਬਜਾਏ ਸਾਰੀ ਸਿਕਿਉਰਿਟੀ ਹੀ ਚੇਂਜ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਜਦੋਂ ਮੈਨੇਜਮੈਂਟ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗ੍ਰੀਵੈਂਸ ਕਮੇਟੀ ਕਰਕੇ ਵਰਕਰਾਂ ਨੇ, ਤਾਂ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਅਤੇ ਚਾਰਜਸ਼ੀਟ 'ਤੇ ਉਹਨਾਂ ਨੂੰ ਸਸਪੈਂਡ ਕਰਕੇ ਉਸ ਤੋਂ ਬਾਅਦ ਝੂਠੀਆਂ ਗਵਾਹੀਆਂ ਗਵਾਹੀਆਂ ਪਾ ਕੇ ਡਰਾ ਧਮਕਾ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਲੀ ਰਣਨੀਤੀ ਕੀ ਹੈ ਮਜ਼ਦੂਰ? ਰਣਨੀਤੀ ਆਪਣੀ ਇਹੀ ਹੈ ਜੀ, ਮਜ਼ਦੂਰ ਯੂਨੀਅਨ ਆਪਣੇ ਨਾਲ ਨੇ, ਕਿਸਾਨ ਏਕਤਾ ਉਗਰਾਹਾਂ ਵਾਲੇ ਆਪਣੇ ਨਾਲ ਨੇ, ਜਿੰਨੀਆਂ ਵੀ ਜਥੇਬੰਦੀਆਂ ਨੇ ਆਪਣੇ ਨਾਲ ਨੇ, ਅਤੇ ਸਾਰਿਆਂ ਦਾ ਆਪਾਂ ਨੂੰ ਇਹੀ ਭਰੋਸਾ ਦਵਾਇਆ ਵੀ ਜਿੰਨਾ ਚਿਰ ਹੋਊਗਾ ਤੁਹਾਡਾ ਸੰਘਰਸ਼ ਚੱਲੂਗਾ, ਆਪਾਂ ਤੁਹਾਡੇ ਨਾਲ ਹਾਂ। ਜੇ ਇਹਨਾਂ ਨੇ ਨਾ ਤੁਹਾਡੀ ਕੋਈ ਗੱਲਬਾਤ ਸੁਣੀ, ਆਪਾਂ ਹੋਰ ਤੇਜ਼ ਕਰਾਂਗੇ ਸੰਘਰਸ਼। ਤੇ ਪੰਜਾਬ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਘਰ ਘਰ ਨੌਕਰੀ ਦੇਣ ਤੇ, ਇਹ ਤਾਂ ਵੀਰੇ ਸਾਰੇ ਬਸ ਆਪਣੇ ਫੰਡੇ ਨੇ ਵੋਟਾਂ ਲੈਣ ਲਈ, ਚਿੱਟ ਕੱਪੜੀ ਆਉਂਦੇ ਨੇ ਪਿੰਡਾਂ ਦੇ ਵਿੱਚ ਵੋਟਾਂ ਲੈ ਕੇ ਚਲੇ ਜਾਂਦੇ ਨੇ, ਉਸ ਤੋਂ ਬਾਅਦ ਕੋਈ ਨਹੀਂ ਸਾਰ ਲੈਂਦਾ ਕਿਸੇ ਦੀ। ਅਤੇ ਅਸੀਂ ਗਏ ਸੀਗੇ MLA ਸਾਹਿਬ ਕੋਲ, ਗਏ ਸੀਗੇ, ਉਹਨਾਂ ਨੇ ਹਮਾਇਤ ਦਵਾਈ ਸੀ ਸਾਨੂੰ, ਕਰੀ ਸੀ ਵੀ ਅਸੀਂ ਤੁਹਾਡੇ ਨਾਲ ਬੈਠ ਕੇ SDM ਦੇ ਸਾਹਿਬ ਨਾਲ ਬੈਠ ਕੇ ਇਹਨਾਂ ਨੂੰ ਬੁਲਾ ਕੇ, ਇਹਨਾਂ ਦੀ ਮੈਨੇਜਮੈਂਟ ਨੂੰ ਬੁਲਾ ਕੇ ਆਹਮੋ ਸਾਹਮਣੇ ਗੱਲ ਕਰਾਂਗੇ, ਤਾਂ ਹੀ ਪਤਾ ਲੱਗੂਗਾ ਵੀ ਕੀ ਗੱਲਬਾਤ ਆ। ਸਾਨੂੰ ਭਰੋਸਾ ਦਵਾਇਆ, ਪਰ ਅੱਜ ਤੱਕ ਮੇਰੇ ਹਿਸਾਬ ਨਾਲ 15-20 ਦਿਨ, ਮਹੀਨਾ, ਡੇਢ ਮਹੀਨਾ ਹੋਣ ਵਾਲਾ, ਅਤੇ ਸਾਨੂੰ ਕਿਸੇ ਨੇ ਨਹੀਂ ਬੁਲਾਇਆ ਉੱਥੇ ਗੱਲਬਾਤ ਕਰਨ ਲਈ। ਅਤੇ ਸ਼ੋਸ਼ਣ ਹੋ ਰਿਹਾ ਪਹਿਲਾਂ ਤੋਂ ਹੀ ਹੋ ਰਿਹਾ, ਮਜ਼ਦੂਰਾਂ ਦਾ ਪਹਿਲਾਂ ਤੋਂ ਹੀ ਸ਼ੋਸ਼ਣ ਹੋ ਰਿਹਾ, ਬਣਦੀਆਂ ਤਨਖਾਹਾਂ ਨਹੀਂ ਮਿਲ ਰਹੀਆਂ, ਜਿਹੜੀ 8-8 ਘੰਟੇ ਦੀ ਗੱਲ ਕਰਦੇ ਹਾਂ ਕਿਸੇ ਦੇ 12 ਲੱਗਦੇ ਨੇ, 8.5 ਘੰਟੇ ਲੱਗਦੇ ਸੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਅਸੀਂ ਪੱਕੇ ਅੰਦਰ ਸੀਗੇ, 8 ਘੰਟੇ ਲੱਗਦੇ ਰਹੇ ਨੇ, ਇਸ ਤੋਂ ਪਹਿਲਾਂ ਜ਼ਰੂਰ ਲੱਗਦੇ ਹੁੰਦੇ ਸੀ। ਜੇ ਬੰਦੇ ਬਹਾਲ ਨਾ ਕੀਤੇ ਫਿਰ ਕੀ ਕਰੋਗੇ? ਅਸੀਂ ਸੰਘਰਸ਼ ਜਾਰੀ ਰੱਖਾਂਗੇ ਅਤੇ ਐਵੇਂ ਚੱਲਦਾ ਰਹੂਗਾ ਆਪਣਾ। ਆਪਾਂ ਨਹੀਂ ਝੁਕਦੇ ਹੈਗੇ ਜਦ ਤੱਕ ਆਪਣੀਆਂ ਮੰਗਾਂ ਨਹੀਂ ਮੰਨੀਆਂ ਨੇ। ਮੰਗਾਂ ਕਿਹੜੀਆਂ ਨੇ? ਨਜਾਇਜ਼ ਨਹੀਂ ਗੀਆਂ, ਪੂਰੀਆਂ ਜੈਨੂਅਨ ਮੰਗਾਂ ਨੇ ਵੀ ਜੋ ਨਜਾਇਜ਼ ਤਨਖਾਹ ਕੱਟੀ ਗਈ ਉਹ ਵਾਪਸ ਦਿਓ, ਜੋ ਕੰਟਰੈਕਟ ਬੌਂਡ 'ਤੇ ਸਾਈਨ ਕਰਵਾਏ ਗਏ ਨੇ, ਧੱਕੇ ਨਾਲ ਕਰਵਾਏ ਗਏ ਨੇ, ਉਹ ਰੱਦ ਕਰੋ ਅਤੇ ਸਾਨੂੰ ਬਹਾਲ ਕੀਤਾ ਜਾਵੇ ਅੰਦਰ। ਧੱਕਾ ਭਾਅ ਜੀ ਹੁਣ ਇਹ ਆ ਵੀ ਜਿਹੜਾ ਬੰਦਾ ਦਾ ਚੋਰੀ ਦਾ, ਪਹਿਲਾਂ ਮੈਂ ਮਸਲਾ ਦੱਸ ਚੁੱਕਿਆ ਤੁਹਾਨੂੰ ਵੀ ਜਿਹੜਾ ਚੋਰੀ ਵਾਲਾ ਬੰਦਾ ਉਹ ਅੰਦਰ ਆ, ਅਸੀਂ ਸਿਰਫ ਰਿਪੋਰਟ ਕੀਤੀ ਆ ਚੋਰੀ ਦੀ, ਵੀ ਸਾਨੂੰ ਕਿਉਂ ਬਾਹਰ ਕੱਢਿਆ ਗਿਆ? ਕਿਹੜੇ ਐਲੀਗੇਸ਼ਨ ਨੇ ਸਾਡੇ 'ਤੇ ਜਿਹੜੇ ਇਹੋ ਜਿਹੇ ਲਾ ਕੇ ਸਿਵਲ ਕੋਰਟ ਦੇ ਵਿੱਚ ਕੇਸ ਵੀ ਲਾਇਆ ਸਾਡੇ? ਕੌਣ ਨੇ ਚੋਰੀ ਕਰਨ ਵਾਲੇ? ਕੰਪਨੀ ਦੇ ਬੰਦੇ ਨੇ? ਕੰਪਨੀ ਅਸਿਸਟੈਂਟ ਆਪਰੇਸ਼ਨ ਮੈਨੇਜਰ ਆ ਜੀ, ਉਹ ਤੋਂ ਮਸਲਾ ਜਿਹੜਾ ਰੀਜਨ ਕੀ ਆ ਵੀ ਸਟ੍ਰਾਈਕ ਜੇ ਹੋਈ ਵੀ 28-29 ਨੂੰ ਕਿਉਂ ਹੋਈ, ਉਹਦੇ ਤਾਂ ਜਾਣੇ ਉਹ ਕਿਤੇ ਨਹੀਂ ਇਹਨਾਂ ਨੇ ਦੱਸਿਆ, ਨਾ ਕਿਸੇ MLA ਨੂੰ, ਨਾ ਕਿਸੇ DC ਨੂੰ, ਕਿਸੇ ਨੂੰ ਵੀ ਨਹੀਂ ਦੱਸਿਆ। ਲੇਬਰ ਇੰਸਪੈਕਟਰ ਦੇ ਕੋਲੇ ਗਏ ਆ, ਉਹਨਾਂ ਨੂੰ ਅਸੀਂ ਮੰਗ ਕੀਤੀ ਵੀ ਸਾਡੀ ਤਨਖਾਹ ਦੀ ਗੱਲ ਕਰੋ, ਉਹ ਵੀ ਨਹੀਂ ਆ ਰਹੇ ਇੱਥੇ ਗੱਲ ਕਰਨ, ਅਸੀਂ ਕਿੱਥੇ ਜਾਈਏ, ਕੀ ਕਰੀਏ ਦੱਸੋ? ਜਦੋਂ ਪ੍ਰਸ਼ਾਸਨ ਵੀ ਇਹਨਾਂ ਦੇ ਨਾਲ ਰਲ ਗਿਆ, ਅਸੀਂ ਉਮੀਦ ਦੀ ਇਨਸਾਫ ਦੀ ਉਮੀਦ ਕਿੱਥੋਂ ਰੱਖੀਏ? ਕਿੰਨੇ ਬੰਦਿਆਂ ਨੂੰ ਹੁਣ ਨੌਕਰੀ ਤੋਂ ਹਟਾਇਆ ਗਿਆ? ਸਾਨੂੰ 8 ਬੰਦੇ, ਅਸੀਂ ਇਹ 40 ਸਿਕਿਉਰਿਟੀ ਵਾਲੇ ਆ। ਸਜ਼ਾ ਕਿਉਂ ਦਿੱਤੀ ਵੀ? ਚੋਰੀ ਫੜ ਲਈ ਸੀ ਤੁਸੀਂ? ਹਾਂ, ਚੋਰੀ ਫੜ ਲਈ, ਇਹੀ ਹੈ ਫਿਰ ਸਾਡੇ ਹਿਸਾਬ ਨਾਲ, ਤਾਂ ਵੀ ਇਹੀ ਮਨ ਲੱਗਦਾ ਇਹਨਾਂ ਨੂੰ ਵੀ ਇਹਨਾਂ ਨੇ ਕਿਉਂ ਸਟ੍ਰਾਈਕ ਕਰ ਲਈ ਇਹ ਚੀਜ਼ ਨੂੰ ਲੈ ਕੇ। ਸਾਡਾ ਕੋਈ ਆਪਣਾ ਤਾਂ ਹਿੱਤ ਨਹੀਂ, ਕੰਪਨੀ ਦੇ ਹਿੱਤ ਲਈ ਅਸੀਂ ਗੱਲ ਕਰਦੇ ਹਾਂ, ਕਿਉਂਕਿ 10 ਸਾਲ ਤੋਂ ਸਾਡਾ ਘਰ ਚੱਲਦਾ। ਜੇ ਇਸ ਅਦਾਰੇ ਨੂੰ ਅਸੀਂ ਵੇਚਣ ਨੂੰ ਤੁਰ ਗਏ ਵੀ ਅਸੀਂ ਇਹ ਚੋਰਾਂ ਦੇ ਸਾਥ ਦੇਣ ਲੱਗ ਗਏ, ਫਿਰ ਇਹ ਬਚੂ ਕਿਵੇਂ? ਸਾਡੀ ਨੌਕਰੀ ਕਿਵੇਂ ਬਚੂਗੀ? ਕੰਪਨੀ ਹਾਇਰ ਅਥਾਰਟੀ ਨਾਲ ਕਿਸੇ ਨਾਲ ਗੱਲ ਕਰੀ ਸੀ? ਜੀ ਬਿਲਕੁਲ ਕੀਤੀ, ਬਜਾਏ ਸਰ ਸੀਗੇ ਉਹਨਾਂ ਨਾਲ ਫੋਨ 'ਤੇ ਗੱਲ ਕੀਤੀ, ਪਹਿਲਾਂ ਅਸੀਂ ਇਨਫੋਰਮ ਕੀਤਾ ਸੀ ਸਰ ਵੀ ਇੱਦਾਂ ਇੱਦਾਂ ਇਸ਼ੂ ਆ ਉਰੇ, ਉਹ ਕਹਿੰਦੇ ਮੈਨੂੰ ਕੋਵਿਡ ਹੋਇਆ ਆ, ਮੈਂ ਤੁਹਾਨੂੰ ਨੰਬਰ ਸੈਂਡ ਕਰਦਾ, ਸਾਨੂੰ ਕਿਸੇ ਦਾ ਕੋਈ ਨੰਬਰ ਨਹੀਂ ਸੈਂਡ ਕੀਤਾ ਜੀ। ਸਾਡੇ ਕੋਲ ਸਾਥੀ ਸੀਗੇ ਜੀ, ਉਹ ਬੰਦੇ ਹੈਗੇ ਆ, ਉਹਨਾਂ ਨੇ ਮੇਲ ਵੀ ਕੀਤੀ ਸੀ ਉਹਨਾਂ ਨੂੰ, ਪਰ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਆਵਾਂਗੇ ਅਤੇ ਇਨਕੁਆਇਰੀ ਕਰਾਂਗੇ। ਇਨਕੁਆਇਰੀ ਕਰਨ ਤੋਂ ਪਹਿਲਾਂ ਇਹਨਾਂ ਦਾ ਪਲਾਨ ਦੇਖੋ, ਪਹਿਲਾਂ 31 ਮਈ ਨੂੰ ਜੀ ਇਹਨਾਂ ਨੇ ਕੇਸ ਸਬਮਿਟ, 31 ਮਈ ਨੂੰ ਕੇ ਕੋਰਟ ਦੇ ਵਿੱਚ ਕੇਸ ਲਾ ਕੇ, ਉਸ ਤੋਂ ਬਾਅਦ ਜਿਹੜੀ ਹਾਈ ਅਥਾਰਟੀ ਆ ਸਾਡੀ ਇੱਥੇ ਆਈ ਆ, ਸਾਡੇ 11 ਬੰਦਿਆਂ 'ਤੇ ਕੇਸ ਲਾਤਾ, ਉਸ ਤੋਂ ਬਾਅਦ ਇਨਕੁਆਇਰੀ ਕੀਤੀ। ਇਨਕੁਆਇਰੀ ਤੋਂ ਬਾਅਦ ਇਹਨਾਂ ਨੇ ਜਿਹੜਾ ਉਹ ਬੰਦਾ ਜਿਹਦੇ 'ਤੇ ਐਲੀਗੇਸ਼ਨ ਸੀਗੇ ਉਹ ਬੰਦੇ ਨੂੰ ਬਰੀ ਕਰਤਾ, ਸਾਨੂੰ ਕੋਈ ਓਬਜੈਕਸ਼ਨ, ਠੀਕ ਆ ਇਹਨਾਂ ਦੀ ਇਨਕੁਆਇਰੀ ਦੇ ਵਿੱਚੋਂ ਬਰੀ ਹੋ ਗਿਆ, ਹੋ ਜਾਵੇ, ਆਪਾਂ ਨੂੰ ਨਹੀਂ ਲੈਣ ਦੇਣਾ ਕਿਉਂਕਿ ਸਾਡਾ ਇਨਫੋਰਮੇਸ਼ਨ ਦੇਣਾ ਕੰਮ ਸੀ, ਉਹ ਅਸੀਂ ਦੇ ਚੁੱਕੇ, ਪਰ ਸਾਨੂੰ ਕਿਉਂ ਕੱਢਿਆ ਗਿਆ ਇਹਦਾ ਜਵਾਬ ਤਾਂ ਦੇਣ। ਅਤੇ ਸਾਨੂੰ ਕਹਿ ਕੇ ਇਹਨਾਂ ਨੇ ਰਿਜਾਇਨ ਦਵਾਇਆ ਵੀ ਹਾਂ ਤੁਹਾਨੂੰ ਨਕਲੀ ਸਿਕਿਉਰਟੀ ਰੱਖਿਆ ਜਾਊਗਾ, ਅਤੇ ਉਦੋਂ ਬਾਅਦ ਨਾ ਤਾਂ ਸਾਨੂੰ ਇਹਨਾਂ ਨੇ ਸੱਦਿਆ ਅਤੇ ਨਾ ਸਾਨੂੰ ਇਹਨਾਂ ਨੇ ਬਾਅਦ 'ਚੋਂ ਕਿਹਾ ਵੀ ਹਾਂ ਸਾਡੀ ਡਿਊਟੀ ਦੇ। ਕਿਹੜੀ ਕੰਪਨੀ ਹੈ ਜੀ? ਪਹਿਲਾਂ ਅਸੀਂ ਲਿਨਫੋਰਸ ਦੇ ਥਰੂ ਕੰਮ ਕਰ ਰਹੇ, ਟਾਇਰ ਫੋਰਸ ਬਣੇ, ਟਾਇਰ ਫੋਰਸ ਦਾ ਠੇਕਾ ਵਾਲੇ ਸੀਗਾ, ਇਹਨਾਂ ਨੇ ਪਹਿਲਾਂ ਹੀ ਖਤਮ ਕਰਾ ਕੇ ਬੰਦ ਕਰਾਤਾ। ਹੁਣ ਕਿੰਨੇ ਬੰਦਿਆਂ ਨੂੰ ਕੱਢਿਆ ਗਿਆ ਜੀ? ਹੁਣ 42 ਬੰਦੇ ਨੂੰ ਕੱਢਿਆ ਗਿਆ ਜੀ। ਕੀ ਰੀਜ਼ਨ ਕੀ ਦੱਸਿਆ ਇਹਨਾਂ ਨੇ? ਰੀਜ਼ਨ ਦੱਸਿਆ ਵੀ ਹਾਂ ਤੁਸੀਂ ਸਾਡਾ ਸਾਥ ਨਹੀਂ ਦੇ ਰਹੇ, ਵੀ ਸਾਡਾ ਸਾਥ ਨਹੀਂ ਦੇ ਰਹੇ। ਕਿਸ ਤਰ੍ਹਾਂ ਸਾਥ ਜੀ? ਵੀ ਹਾਂ ਜੇ ਕੋਈ ਕੋਈ ਵੀ ਸਾਥ ਹੁੰਦਾ ਜਿਵੇਂ ਵੀ ਹਾਂ ਸਾਡਾ ਧਿਆਨ ਹੀ ਰੱਖਦੇ ਤੁਸੀਂ। ਤੇ ਕੋਈ ਚੋਰੀ ਦਾ ਮਸਲਾ ਵੀ ਦੱਸ ਰਹੇ ਸੀ, ਉਹ ਕੀ ਹੈ ਜੀ? ਹਾਂ, ਚੋਰੀ ਦਾ ਸਾਥ ਜਸਵਿੰਦਰ ਸਿੰਘ ਸੀਗਾ ਜੀ, ਉਹਨੇ ਫੜਿਆ ਸੀਗਾ ਬੰਦਾ ਅਤੇ ਉਹਨੂੰ ਵੀ ਹਟਾ ਦਿੱਤਾ ਇਹਨਾਂ ਨੇ। ਕੀ ਕੀ
ਐਗਰੀਮੈਂਟ ਵਗੈਰਾ ਨਹੀਂ ਐਗਰੀਮੈਂਟ ਤਾਂ ਸਾਡਾ ਪਹਿਲਾਂ ਦੱਸ ਦੇ ਨਹੀਂ ਕਿਸੇ ਪੱਕੀ ਗੱਲ ਤੁਹਾਨੂੰ ਜੋਬ ਦੀ ਸਿਕਿਉਰਿਟੀ ਹੈ ਅੰਦਰ ਸਿਕਿਉਰਿਟੀ ਹੁਣ ਹੋਟਲ ਕੰਪਨੀ ਆਈ ਜੋਬ ਹੈ ਸਿਕਿਉਰ ਵੀ ਕੋਈ ਬੰਦਾ ਨਹੀਂ ਜੋਬ ਤਾਂ ਹੈ ਨਹੀਂ